ਚਿੱਟੇ ਨਸ਼ੇ ਨੇ ਸਾਡਾ ਘਰ, ਇਹ ਦਸ ਦਸ ਵੀਹ ਵੀਹ ਹਜ਼ਾਰ ਦਾ ਵੀ ਨਸ਼ਾ ਕਰਦਾ ਰਿਹਾ ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ। ਲੱਖਾਂ ਰੁਪਏ ਅਸੀਂ ਸੈਂਟਰਾਂ 'ਤੇ ਲਾ ਤੇ, ਲੱਖਾਂ ਅਸੀਂ ਅੱਜ ਬਰਬਾਦ ਹੋ ਕੇ ਅਸੀਂ ਘਰ ਬਹਿ ਗਏ, ਹੁਣ ਸਾਡੇ ਕੋਲ ਕੁਛ ਨਹੀਂ ਹੈਗਾ। 4 ਲੱਖ ਦੀ ਮੈਂ ਕਰਜ਼ਾਈ ਹੋ ਚੁੱਕੀ ਰੋਡ 'ਤੇ ਮੈਂ। ਹਾਂਜੀ, ਮੈਂ ਰੋਡ 'ਤੇ ਕਰਜ਼ਾਈ, ਭਾਵੇਂ ਇਨਕੁਆਇਰੀ ਕਰ ਸਕਦੇ ਆ ਤੁਸੀਂ। ਇਹ ਜਦੋਂ ਮੈਨੂੰ ਇੰਨਾ ਤੰਗ ਕਰਦਾ, ਮੈਨੂੰ ਭੀਖ ਮੰਗਾਤੀ ਇਹਨੇ, ਇਹ ਚਿੱਟੇ ਨਸ਼ੇ ਨੇ ਮੈਨੂੰ ਭੀਖ ਮੰਗਾਤੀ। 2012 'ਚ ਨੌਕਰੀ ਮਿਲੀ, 2019 'ਚ ਚਲੀ ਗਈ, ਚਿੱਟਾ ਲਿਖ ਦਿੱਤਾ ਉਹਨਾਂ ਨੇ, ਚਿੱਟੇ ਨਸ਼ੇ ਦੱਸ ਦਈਏ। ਮੈਂ ਇਹਦੇ ਤੋਂ ਡਰਦੀ ਲੁਕਦੀ ਫਿਰਦੀ ਹੁਣ, ਆਪਣੇ ਪੁੱਤ ਤੋਂ ਡਰਦੀ ਲੁਕਦੀ ਫਿਰਦੀ ਹਾਂ ਵੀ ਪੈਸੇ ਕਿੱਥੋਂ ਦੇਵਾਂ ਮੈਂ। ਮੈਂ ਜ਼ਹਿਰ ਖਾਣਾ, ਮੈਂ ਪਾਗਲ ਹੋਈ ਪਈ ਹਾਂ। ਜੇ ਨਹੀਂ ਬਚਾ ਸਕਦੀ ਮੈਨੂੰ ਜਿੰਨਾ ਤੰਗ ਕਰਦਾ, ਫਿਰ ਨਹੀਂ ਤਾਂ ਜ਼ਹਿਰ ਦਾ ਟੀਕਾ ਲਵਾ ਦੇਣ ਸਾਨੂੰ ਸਾਰਿਆਂ ਨੂੰ, ਅਸੀਂ ਸਾਰੇ ਖਤਮ ਹੋ ਜਾਈਏ। ਦੋਸਤੋ, ਪੰਜਾਬ ਦੇ ਵਿੱਚ ਨਸ਼ਾ ਇਸ ਤਰੀਕੇ ਦੇ ਨਾਲ ਆਪਣੇ ਪੈਰ ਪਸਾਰ ਰਿਹਾ ਕਿ ਕੋਈ ਨਸ਼ਾ ਕਰਨ ਵਾਲਾ ਚਾਹ ਕੇ ਵੀ ਨਸ਼ੇ ਤੋਂ ਦੂਰ ਨਹੀਂ ਜਾ ਪਾ ਰਿਹਾ। ਅੱਜ ਅਸੀਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਡਰੰਮਾ ਵਾਲੇ ਬਾਜ਼ਾਰ ਦੇ ਵਿੱਚ ਪਹੁੰਚੇ ਹਾਂ, ਜਿੱਥੇ ਇੱਕ ਘਰ ਦੀ ਕਹਾਣੀ ਕੁਝ ਇਸ ਤਰ੍ਹਾਂ ਹੀ ਹੈ। ਬੜੇ ਖੁਸ਼ਨਸੀਬ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਜੀ ਰਿਹਾ ਸੀ ਇਹ ਪਰਿਵਾਰ, ਪਰ ਨਸ਼ੇ ਨੇ ਐਸੀ ਤੋੜ ਮਾਰੀ ਕਿ ਪੂਰਾ ਪਰਿਵਾਰ ਕਿਤੇ ਨਾ ਕਿਤੇ ਅੱਜ ਬਿਖਰਿਆ ਪਿਆ ਹੋਇਆ। ਇਹ ਨਿੱਕਾ ਜਿੰਨਾ ਪਰਿਵਾਰ ਹੈ, ਪੁੱਤ ਹੱਟਾ ਕੱਟਾ ਜਵਾਨ, ਪਰ ਨਸ਼ੇ ਨੇ ਐਸਾ ਹਿਲਾ ਦਿੱਤਾ ਪਰਿਵਾਰ ਨੂੰ ਕਿ ਅੱਜ ਸਾਰਾ ਪਰਿਵਾਰ ਬਿਖਰ ਗਿਆ। ਸਰਕਾਰੀ ਨੌਕਰੀ ਕਰਦਾ ਸੀ, ਨਸ਼ੇ ਦੀ ਵਜ੍ਹਾ ਕਰਕੇ ਸਰਕਾਰੀ ਨੌਕਰੀ ਚਲੀ ਗਈ, ਉਸ ਤੋਂ ਬਾਅਦ ਰੋਟੀ ਦੇ ਵੀ ਲਾਲੇ ਪੈ ਗਏ। ਵਿਆਹ ਹੋਇਆ, ਇੱਕ ਛੋਟੀ ਜਿੰਨੀ ਬੱਚੀ ਨੇ ਜਨਮ ਲਿੱਤਾ, ਪਰ ਛੋਟੀ ਜਿੰਨੀ ਬੱਚੀ ਨੂੰ ਪੜ੍ਹਾਉਣਾ ਕਿਸ ਤਰ੍ਹਾਂ, ਇਹ ਵੀ ਕਿਤੇ ਨਾ ਕਿਤੇ ਦੁਵਿਧਾ ਬਣੀ ਹੋਈ ਇਸ ਪਰਿਵਾਰ ਵਾਸਤੇ। ਇਸ ਵੀਰ ਦੇ ਨਾਲ ਸਭ ਤੋਂ ਪਹਿਲੇ ਅਸੀਂ ਗੱਲਬਾਤ ਕਰਦੇ ਹਾਂ। ਵੀਰ ਜੀ, ਨਸ਼ਾ ਕਰਦੇ ਹੋ ਤੁਸੀਂ, ਤੁਹਾਡੀ ਮਾਤਾ ਜੀ ਰੋਂਦੇ ਵਿਖਲਾਉਂਦਿਆਂ ਨੇ ਉਹਨਾਂ ਨੇ ਕਿਤੇ ਨਾ ਕਿਤੇ ਸਾਡੇ ਤੱਕ ਪਹੁੰਚ ਕੀਤੀ ਵੀ ਮੈਂ ਨਸ਼ਾ ਛੱਡਣਾ ਚਾਹੁੰਦੀ, ਆਪਣੇ ਬੱਚੇ ਦਾ ਛੁਡਾਉਣਾ ਚਾਹੁੰਦੀ, ਤੁਸੀਂ ਵੀ ਚਾਹੁੰਦੇ ਕਿ ਨਸ਼ਾ ਛੱਡਿਆ ਜਾਵੇ, ਮੈਨੂੰ ਪਹਿਲੇ ਦੱਸੋ ਨਸ਼ਾ ਲੱਗਾ ਕਿਤਰਾ, ਇਹਦੀ ਗ੍ਰਿਫਤ ਵਿੱਚ ਕਿਸ ਤਰ੍ਹਾਂ ਪਏ, ਨਾਮ ਕੀ ਤੁਹਾਡਾ ਪਹਿਲੇ? ਭਾਈ, ਮੇਰਾ ਨਾਮ ਜਸਵਿੰਦਰ ਸਿੰਘ ਹੈ। ਜਸਵਿੰਦਰ ਜੀ, ਕਿਸ ਤਰ੍ਹਾਂ ਇਸ ਨਸ਼ੇ ਦੀ ਗ੍ਰਿਫਤ ਵਿੱਚ ਆ ਗਏ? ਭਾਜੀ, ਇਹ ਸੋਸਾਇਟੀ 'ਚ ਜਦੋਂ ਮੇਰੇ ਕੋਲ ਆ ਗਏ ਨਾ ਦੋਸਤ ਬਹਿਣ ਲੱਗ ਪਏ, ਇਹਨਾਂ ਨੇ ਮੈਨੂੰ ਸੋਸਾਇਟੀ ਤੋਂ ਬਚਾਉਣ ਵਾਸਤੇ ਮੋਬਾਈਲਾਂ ਸ਼ੋਰੂਮ ਖੋਲ੍ਹ ਕੇ ਦਿੱਤਾ ਸੀ ਘਰਦਿਆਂ ਨੇ ਕਿ ਸੋਸਾਇਟੀ ਨੇ ਮਤਲਬ ਗਲਤ ਬੰਦਿਆਂ ਕੋਲ ਨਾ ਜਾਵੇ, ਪਰ ਉੱਥੇ ਹੀ ਆਉਣ ਲੱਗ ਪਏ ਉਹਨਾਂ ਨੇ। ਇਹਨਾਂ ਨੂੰ ਪਤਾ ਨਹੀਂ ਸੀ, ਇਹਨਾਂ ਨੇ ਘਰ ਦੇ ਬੂਹੇ ਦੇ ਗਾੜੀ ਅੱਗੇ ਸ਼ੋਰੂਮ ਖੋਲ੍ਹ ਕੇ ਦਿੱਤਾ ਸੀ, ਮਗਰ ਏ ਸੀ ਵਾਲਾ ਰੂਮ ਹੀ ਮੇਰਾ ਅੱਗੇ ਮੇਰੇ ਸ਼ੋਰੂਮ ਖੋਲ੍ਹਤਾ। ਉਹ ਆਉਣ ਲੱਗ ਪਏ ਭਾਅ ਜੀ, ਉਹਨਾਂ ਨੇ ਆ ਕੇ ਪਹਿਲਾਂ ਤਾਂ ਇੱਕ ਮੁੰਡੇ ਸੀ ਯਾਰ ਦੋਸਤ ਸੀ, 5-6 ਜਣੇ ਆਉਣ ਲੱਗ ਪਏ, ਅਤੇ ਉਹਨਾਂ ਨੇ ਨਹਾ ਕੇ ਨਾ ਜੂਆ ਜਿਹਾ ਖੇਡਣ ਲੱਗ ਪਏ, ਅਤੇ ਮੈਨੂੰ ਕਹਿੰਦੇ 2 ਮਿੰਟ 'ਚ ਤਾਸ਼ ਹੀ ਆ, 2 ਮਿੰਟ ਹੀ ਖੇਡਣੀ ਆ। ਮੈਂ ਬੜਾ ਇਤਰਾਜ਼ ਕੀਤਾ, ਨਹੀਂ ਨਹੀਂ ਜਾਓ ਜਾਓ ਉਹਦੇ ਵਿੱਚ। ਹਾਂ, ਬਹੁਤ ਜਾਣੇ, 2-3 ਜਾਣੇ ਕਹਿੰਦੇ ਠੀਕ ਹੈ ਯਾਰ ਯਾਰ, ਕਹਿੰਦਾ ਪਿਆ ਉਹਦੀ ਦੁਕਾਨਦਾਰੀ ਖਰਾਬ ਹੁੰਦੀ ਆ, ਜਾਓ। ਅਤੇ 2 ਕੁ ਜਾਣੇ ਕਹਿੰਦੇ ਨਹੀਂ 2 ਮਿੰਟ ਹੀ ਲੱਗਣੇ ਆ ਖੇਡਣਾ। ਖੇਡਦੇ ਖੇਡਦੇ ਅਤੇ ਬਾਅਦ 'ਚੋਂ ਨਾ ਥੋੜ੍ਹੇ ਕੁ ਦਿਨਾਂ ਬਾਅਦ ਨਾ ਫਿਰ ਆਏ, ਫਿਰ ਆਏ ਕਿ ਆਪਣਾ ਪਹਿਲਾਂ ਤਾਸ਼ ਖੇਡਣ ਲੱਗ ਪਏ, ਅਤੇ ਬਾਅਦ 'ਚੋਂ ਨਾ ਆਪਣਾ ਉਹ ਚਿੱਟੇ ਦਾ ਜਿਹੜਾ ਕਰਨ ਨਹੀਂ ਲੱਗ ਪਏ। ਮੈਂ ਕਿਹਾ ਆਹ ਕਰਦੇ ਪਏ ਜੇ? ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਗੀ, ਇਹਦੀ ਕੋਈ ਕੁਛ ਨਹੀਂ ਹੁੰਦਾ ਜੇ ਉਹ। ਮੈਨੂੰ ਉਦੋਂ ਤਾਂ ਕੋਈ ਗੱਲ ਨਹੀਂ, ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਉਹ ਵਿੱਚ ਭਾਅ ਜੀ ਨੇ ਕਹਿ ਤਾ, ਕੋਈ 2-3 ਭਾਅ ਜੀ ਗਏ, ਉਹਨਾਂ ਨੇ ਕਹਿ ਤਾ ਕੋਈ ਗੱਲ ਨਹੀਂ ਯਾਰ ਰਹਿਣ ਦੇ, ਜਸਵਿੰਦਰ ਚੁੱਪ ਕਰ, ਕਰਨ ਦੇ ਇਹਨਾਂ ਨੂੰ ਕਾਲੇ ਸ਼ੀਸ਼ੇ 2 ਮਿੰਟ, ਇਹਨਾਂ ਨੇ 2 ਮਿੰਟ 'ਚ ਕਰਕੇ ਚੱਲ ਜਾਣਾ ਵਾ, ਤੂੰ ਜ਼ਰੂਰੀ ਬੋਲਦਾ ਮੈਂ ਰਹਿਣ ਦੇ। ਅਤੇ 2 ਮਿੰਟ ਫਿਰ ਭਾਅ ਜੀ ਦੇ ਕਰਕੇ ਮੈਂ ਕਿਹਾ ਚੱਲ ਕਰ ਲੈਣ, ਕਰਦੇ ਕਰਦੇ ਅਤੇ ਉਹਨੇ ਦੇਖਿਆ ਇਹਦੇ ਕੋਲ ਚੰਗੇ ਪੈਸੇ ਆ, ਦਰਾਜ਼ ਦਰੂਜ਼ ਖੋਲ੍ਹਦਾ ਸੀ, ਮਿੰਟ ਬਾਅਦ ਪੈਸਿਆਂ ਦਾ ਖੋ ਬੰਦ ਕਰਦਾ ਸੀ, ਚੰਗੇ ਪੈਸੇ। ਉਹਨਾਂ ਦੀ ਨਿਗਾਹ ਨਾ ਮੇਰੇ 'ਤੇ ਗਈ ਸੀ ਕਿ ਇਹਨੂੰ ਸਮਾਨ ਆਪਾਂ ਚੰਗੀ ਤਰ੍ਹਾਂ ਪਲਾ ਦੇਣਾ ਅਤੇ ਇਹਦਾ ਮਤਲਬ ਘਰ ਬਰਬਾਦ ਕਰਨਾ ਵਾ। ਹਾਂਜੀ,
ਉਹ ਮੇਰੇ ਘਰ ਨਾ ਆਇਆ ਆਪਣਾ, ਪਹਿਲਾਂ ਤਾਂ ਇੱਕ ਵਾਰੀ ਨਾ ਉਹਨਾਂ ਨੇ ਨਾ ਦੁਕਾਨ 'ਤੇ ਹੀ ਦੁਕਾਨ 'ਤੇ ਭਾਅ ਜੀ ਉਹਨਾਂ ਨੇ ਨਾ ਦੁਕਾਨ 'ਤੇ ਮੈਨੂੰ, ਫਿਰ ਮੈਂ ਵੀ ਕਿਹਾ ਮੈਂ ਕਿਹਾ ਰੋਜ਼ ਹੀ ਆ ਵੀਰ ਜੀ, ਜਦੋਂ ਆਦਤ ਪੈ ਗਈ ਨਾ ਮੈਂ ਕਿਹਾ ਵੀਰ ਜੀ ਆ ਦੋ ਤਿੰਨ ਵਾਰੀ ਆਏ ਆ, ਕੀ ਚੀਜ਼ ਹੈਗੀ ਆ? ਉਹ ਜਿਹੜਾ ਤਾਂ ਮੇਰੇ ਨਾਲ ਪ੍ਰੇਮ ਪਿਆਰ ਕਰਦਾ ਸੀ ਉਹ ਕਹਿੰਦਾ ਵੀਰੇ ਆਹ ਜ਼ਹਿਰ ਹੈਗਾ ਜੀ, ਇਹਦਾ ਨਾਂ ਨਾ ਲੈ। ਅਤੇ ਮੈਂ ਕਿਹਾ ਨਹੀਂ ਵੀਰੇ ਇੱਕ ਵਾਰੀ ਵੇਖ ਲਾਂ ਕੀ ਚੀਜ਼ ਹੈਗੀ ਆ। ਕਹਿੰਦਾ ਫੀਮ ਹੁੰਦੀ ਆ, ਅਤੇ ਸੁਣਿਆ ਸੀ ਫੀਮ ਤੋਂ ਬੜਾ ਤਗੜਾ ਮਤਲਬ ਸਿਹਤ ਸੁਹਤ ਹੁੰਦੀ ਆ, ਫੀਮ ਨਾਲ ਸਿਹਤ ਸੁਹਤ ਚੰਗੀ ਸੀ ਮੇਰੀ, ਅਤੇ ਫੀ ਹਾਂਜੀ ਤੁਹਾਡੀ ਪਰ ਸਿਹਤ ਭਾਅ ਜੀ ਬਹੁਤ ਘੱਟ ਗਈ ਆ, ਉਦੋਂ ਸਾਢੇ ਸਾਢੇ 19 ਇੰਚ ਦਾ ਹੁੰਦਾ ਜੀ, ਸਾਢੇ 19 ਇੰਚ ਦਾ ਹੁੰਦਾ ਸੀ ਡੋਲਾ ਉਸ ਟਾਈਮ 'ਤੇ ਮੇਰਾ, ਉਹ ਤਾਂ ਸਰੀਰ ਮਿੱਟੀ ਹੋ ਗਿਆ। ਅਤੇ ਉਸ ਤੋਂ ਬਾਅਦ ਫਿਰ ਨਸ਼ਾ ਉਹਨਾਂ ਨੇ ਤੁਹਾਨੂੰ ਸੇਵਨ ਕਰਵਾਇਆ? ਹਾਂਜੀ, ਅਤੇ ਕਰਾਇਆ ਅਤੇ ਮਤਲਬ ਮੇਰੇ ਨਾਲ ਨੀਂਦ ਜੀ ਬੜੀ ਆਈ, ਵਧੀਆ ਝੋਕਾਂ ਜਿਹੀਆਂ ਲੱਗੀ ਜਾਣ ਨੀਂਦ ਆਈ। ਮੈਂ ਕਿਹਾ ਇਹ ਤਾਂ ਬੜੀ ਵਧੀਆ ਚੀਜ਼ ਆ, ਆਪਣੇ ਆਪ ਨੂੰ ਪਰਿਵਾਰ ਦਾ ਕੁਛ ਵੀ ਨਹੀਂ ਪਤਾ ਲੱਗਾ, ਇੰਨਾ ਆਪਣੇ ਆਪ 'ਚ ਨਾ ਚੰਗਾ ਮਹਿਸੂਸ ਹੋਇਆ ਕਿ ਯਾਰ ਇਹ ਪਤਾ ਨਹੀਂ ਕੀ ਚੀਜ਼ ਆ, ਕੁਦਰਤੀ ਹਾਂ ਸਵਰਗਾਂ ਦੇ ਝੂਟੇ ਜਿਹੇ ਜਿਵੇਂ ਆਉਣ ਲੱਗ ਪਏ। ਅਤੇ ਮੈਂ ਲਗਾਤਾਰ ਆਇਆ ਫਿਰ ਮੇਰੇ ਘਰ ਲੈ ਕੇ, ਉਹਨੂੰ ਮੈਨੂੰ ਨਹੀਂ ਪਤਾ ਇਹਨੂੰ ਜਗ੍ਹਾ ਚਾਹੀਦੀ ਸੀ, ਉਹ ਮੇਰੇ ਏ ਸੀ ਵਾਲੇ ਰੂਮ 'ਚ ਆਏ ਨਾ ਉਹਨੇ ਰੋਜ਼ ਹੀ, ਉਹਨੇ ਹਫ਼ਤਾ 10 ਦਿਨ ਲਗਾਤਾਰ ਆਇਆ। ਅਤੇ ਹੁਣ ਜਿੱਦਣ ਉਹਨੂੰ ਰੂਮ ਲੱਭ ਕੇ ਆਉਣਾ ਫਿਰ, ਅਤੇ ਉਦਣ ਉਹ ਨਹੀਂ ਆਇਆ, ਉਦਣ ਮੈਂ ਸੁੱਤਾ ਨਹੀਂ, ਉਦੋਂ ਤੱਕ ਲੱਤ ਲੱਗ ਗਈ। ਹਾਂ ਉਦਣ ਰਾਤੀ ਸੁੱਤਾ ਨਹੀਂ ਮੈਂ 11ਵੇਂ ਦਿਨ। ਮੈਂ ਕਿਹਾ ਯਾਰ ਸੂਈਆਂ ਜਿਹੀਆਂ ਚੁੱਭਣ, ਮੈਂ ਬੜਾ ਗੁੱਸਾ, ਨੀਂਦ ਆਵੇ ਨੀਂਦ ਆਵੇ, ਨੀਂਦ ਕਿੱਥੇ ਆਵੇ? ਫਿਰ ਮੈਂ ਪੁੱਛਿਆ ਉਹਨਾਂ ਨੇ ਪੁੱਛਿਆ ਭਾਈ ਨੂੰ, ਮੈਂ ਭਾਈ ਇੱਦਾਂ ਓਏ ਹੋਏ ਤੂੰ ਘਰ ਵੜਿਆ ਵੀ? ਮੈਂ ਕਿਹਾ ਹਾਂਜੀ। ਕੀ ਆ? ਮੈਂ 10 ਦਿਨ ਭਾਈ ਅੰਦਰ ਰਿਹਾ, 10 ਦਿਨ ਮੈਂ ਪੀਂਦਾ ਰਿਹਾ। ਓਏ ਹੋਏ ਤੇਰਾ ਬੇੜਾ ਕਰ ਗਿਆ, ਉਹਨੂੰ ਗਾਲਾਂ ਕੱਢਣ ਲੱਗ ਪਿਆ ਮੁੰਡੇ ਨੂੰ। ਫਿਰ ਕਹਿੰਦੇ ਉਹਨੂੰ ਮੈਂ ਉਹਨੂੰ ਛਿੱਤਰ ਮਾਰਦਾ ਜਿਹੜਾ ਮੈਨੂੰ ਕਹਿੰਦਾ ਸੀ ਮਤਲਬ ਇਹ ਜ਼ਹਿਰ ਆ। ਅਤੇ ਫਿਰ ਉਸ ਤੋਂ ਬਾਅਦ ਮੈਂ ਹੋਰ ਕਿਸੇ ਨਾਲ ਕੰਟੈਕਟ ਕੀਤਾ, ਉਹਨੇ ਕਿਹਾ ਕਹਿੰਦਾ ਇੱਦਾਂ ਦਾ ਇੱਥੋਂ ਮਿਲਦਾ ਵਾ ਲਾਗੋ ਹੀ ਉਸ ਟਾਈਮ 'ਤੇ ਜਿੱਥੇ ਮਕਾਨ ਸੀ ਸਾਡਾ, ਕਿਉਂਕਿ ਸਾਡੇ ਇੰਨੇ ਮਕਾਨ ਸੀ ਕੋਈ ਹਿਸਾਬ ਨਹੀਂ ਆਪਣੇ, ਸਾਰੇ ਮਕਾਨ ਚਲੇ ਗਏ ਹੁਣ ਅਸੀਂ ਕਿਰਾਏ 'ਤੇ ਆ ਗਏ ਹਾਂ। ਅਤੇ ਉਹ ਤਾਂ ਜਿੱਥੇ ਮਕਾਨ ਹੁੰਦਾ ਸੀ ਉਹਦੇ ਲਾਗੇ ਹੀ ਨਾ ਭਾਅ ਜੀ ਜਾ ਕੇ ਨਾ ਫਿਰ ਮੈਂ ਬਿਲਕੁਲ ਘਰ ਦੇ ਮੋੜ 'ਤੇ ਹੀ ਮੁੰਡਾ ਜਾ ਕੇ ਅਤੇ ਲੈ ਆਇਆ 500 ਰੁਪਏ ਲੈ ਕੇ ਗਿਆ ਮੇਰੇ ਕੋਲ, ਉਹ 500 ਨਾਲ ਕਿੰਨਾ ਚਿਰ ਮੈਂ ਕੱਢ ਲਿਆ। ਹਾਂਜੀ ਹਾਂਜੀ, ਅਤੇ ਹੌਲੀ ਹੌਲੀ ਆਦਤ ਪੈ ਗਈ ਭਾਅ ਜੀ, ਜੋ ਫਿਰ ਜਾਣੇ ਹੋਣੇ ਸ਼ੁਰੂ ਕੀਤੇ ਪੈਸੇ, ਫਿਰ ਹੌਲੀ ਹੌਲੀ ਬਹੁਤ 10,000 20,000 ਲੱਖਾਂ ਕਰੋੜਾਂ, ਰੋਜ਼ ਦਾ ਕਿੰਨਾ ਕਿੰਨਾ 2.5 ਕਰੋੜ ਰੁਪਇਆ ਮੈਨੂੰ ਇੰਨਾ ਪਤਾ, ਮੈਂ ਆਪਣੀ ਮਾਂ ਦਾ 2.5 ਕਰੋੜ ਰੁਪਇਆ ਖਾ ਚੁੱਕਾ ਵਾਂ। ਮਾਂ ਮੇਰੀ ਨੇ ਮਕਾਨ FDਆਂ ਸੋਨਾ ਸਾਰਾ ਕੁਛ ਵਿਚਾਰੀ ਨੇ ਆਪਣਾ ਖਵਾ ਦਿੱਤਾ, ਸੰਦੂਕ ਭਰੇ ਸੋਨਿਆਂ ਦੇ ਵਿਚਾਰੀ ਨੇ, ਸਾਰਾ ਕੁਛ ਸਾਰੀ ਜਾਇਦਾਦ ਦੇ ਦਿੱਤੀ ਉਹਨੇ, ਦੁਕਾਨਾਂ ਵੇਚ ਦਿੱਤੀਆਂ, ਮਕਾਨ ਵੀ ਵੇਚਤੇ ਮੇਰੇ, ਮਕਾਨ ਵੇਚਤਾ, ਦੁਕਾਨਾਂ ਵੀ। ਰੋਜ਼ ਦਾ ਕਿੰਨਾ ਕਰ ਦਿੰਦੇ ਹੁਣ? ਤਾਂ ਭਾਅ ਜੀ ਮੈਂ ਬਹੁਤ ਆਪਣੇ ਹਿਸਾਬ ਨਾਲ ਘਟਾਇਆ ਸਮਝਦਾ ਵਾਂ, ਪਰ ਫਿਰ ਵੀ ਭਾਅ ਜੀ ਕਿਤੇ 2,000-2,500, ਕਿਉਂਕਿ ਮਿੱਟੀ ਹਾਂਜੀ ਵਿੱਚੋਂ ਮਿੱਟੀ ਮਿਲ ਜਾਂਦਾ ਪੈਸੇ ਭਾਅ ਜੀ। ਕਿਸੇ ਵੇਲੇ ਮੈਂ ਆਪਣੀ ਮੰਮੀ ਕੋਈ ਲੈਂਦਾ ਵਾਂ ਤੰਗ ਕਰਕੇ, ਕਿਸੇ ਵੇਲੇ ਆਂਢ ਗੁਆਂਢ ਫੜ ਲਈਦੇ ਆ, ਕਿਸੇ ਵੇਲੇ ਹੁੱਕੇ ਤੋਂ ਫੜ ਲਈਦਾ, ਕਿਤੇ ਕਿਤੋਂ ਮਾਸੀ ਹਾਂਜੀ ਹਾਂਜੀ, ਕਿਸੇ ਵੇਲੇ ਰਿਸ਼ਤੇਦਾਰਾਂ ਨੂੰ ਫੋਨ ਕਰਨਾ ਵਾਂ। ਛੱਡਣ ਦਾ ਦਿਲ ਨਹੀਂ ਕਰਦਾ? ਕਰਦਾ ਭਾਅ ਜੀ, ਮੇਰੀ ਨਿੱਕੀ ਗੁੜੀਆ ਵਾ, ਛੱਡਣ ਨੂੰ ਤਾਂ ਬਹੁਤ ਜ਼ਿਆਦਾ ਦਿਲ ਕਰਦਾ, ਮੇਰੀ ਪਰਿਵਾਰ ਬਹੁਤ ਭਾਅ ਜੀ ਮੇਰਾ ਖੁਰਦਪੁਰਦ ਹੋਇਆ ਪਿਆ, ਬਹੁਤ ਜ਼ਿਆਦਾ ਰੋਣਾ ਆਉਂਦਾ ਭਾਅ ਜੀ, ਕਿਸੇ ਵੇਲੇ ਇਹਨੂੰ ਪੁੱਛੋ ਰਾਤ ਨੂੰ ਸਾਰੀ ਰਾਤਾਂ ਸੁਣਦਾ ਹੀ ਨਹੀਂ ਸਾਡੇ ਘਰ ਰੋਟੀ। ਤੁਹਾਡੀ ਫੈਮਿਲੀ? ਹਾਂਜੀ ਹਾਂਜੀ ਹਾਂਜੀ, ਰੋਟੀ ਨਹੀਂ ਪੱਕਦੀ ਭਾਅ ਜੀ ਮੇਰੇ ਘਰ ਦੀ, ਪੁੱਛੋ ਨਸ਼ੇ ਕਰਕੇ ਮੇਰੇ ਘਰ ਕਲੇਸ਼ ਕਲਪਣਾ ਪਈ ਰਹਿੰਦੀ ਆ, ਰੋਟੀ ਪੱਕਦੀ ਨਹੀਂ ਆ, ਗੁੜੀਆ ਦੀ ਮੇਰੀ ਜ਼ਿੰਦਗੀ ਖਰਾਬ ਹੁੰਦੀ ਵੀ ਆ। ਸਰਕਾਰੀ ਨੌਕਰੀ ਕਦੋਂ ਕਰਦੇ? ਹਾਂਜੀ ਹਾਂਜੀ ਵਿੱਚ ਹੀ? ਨਹੀਂ 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 ਨੌਕਰੀ ਕਰਦਾ ਭਾਅ ਜੀ, ਨਸ਼ਾ ਛੱਡਤਾ ਸੀ ਉਦੋਂ ਤੇ, ਨਸ਼ਾ ਨੌਕਰੀ ਬਹੁਤ ਸੋਹਣੀ ਕਰਦਾ ਰਿਹਾ ਵਾਂ, ਮੰਮੀ ਹੋਣਾਂ ਨੂੰ ਪਤਾ ਨੌਕਰੀ ਬਹੁਤ ਸੋਹਣੀ ਕਰਦਾ ਰਿਹਾ। ਹਾਂ
ਨੌਕਰੀ ਭਾਅ ਜੀ ਬਾਅਦ 'ਚ ਮੈਨੂੰ ਫਿਰ ਉਹੀ ਇੱਦਾਂ ਹੀ ਕੋਈ ਹੈਗਾ ਸੀ ਮੇਰਾ ਦੋਸਤ ਵੱਡੇ ਅਫਸਰਾਂ ਦਾ ਕੋਈ ਵੱਡੇ ਅਫਸਰ ਦਾ ਬੇਟਾ ਸੀ ਉਹ ਲੱਗ ਪਿਆ ਗੱਡੀ 'ਤੇ ਫਿਰ ਘੁੰਮਣ ਲੱਗ ਪਏ ਇੰਜੋਏਮੈਂਟ ਤੋਂ ਲਈ ਕਹਿੰਦਾ ਕੋਈ ਨਹੀਂ ਫੰਡ ਸ਼ਹਿਣ ਕਰ ਲਓ ਫੰਡ ਸ਼ਹਿਣ ਕਰਨ ਦੇ ਚੱਕਰ 'ਚ ਇੱਕ ਅੱਧੀ ਵਾਰੀ ਕਰਨ ਦੇ ਚੱਕਰ 'ਚ ਫਿਰ ਰੋਜ਼ ਹੀ ਰੈਗੂਲਰ ਹੋ ਗਿਆ ਅਤੇ ਉਹਦੇ ਕਰਕੇ ਭਾਅ ਜੀ ਉਹਨਾਂ ਨੇ ਡੋਪ ਟੈਸਟ ਕਿਹਾ ਡੋਪ ਟੈਸਟ ਵੀ ਕਲੀਅਰ ਕਰਾ ਦਿੱਤਾ ਨਸ਼ਾ ਛੱਡ ਕੇ ਅਤੇ ਸਾਰਾ ਕੁਛ ਕਰਤਾ ਪਰ ਫਿਰ ਉਹ 11,000 ਪਾਇਆ ਗਿਆ ਡੀ ਸੀ ਸਾਹਿਬ ਦੇ ਛਾਪੇ ਪਏ 11,000 ਹੈਗਾ ਸੀ ਉਦੋਂ ਉਸ ਤਾਂ ਉਸ ਟਾਈਮ ਪਿੱਛੇ ਤੁਹਾਨੂੰ ਵੀ ਪਤਾ ਹੋਣਾ ਵਾ ਛਾਪੇ ਪੈਂਦੇ ਸੀ 2018 'ਚ ਇਸ ਤਰ੍ਹਾਂ ਨਸ਼ੇ ਦੀ ਵਜ੍ਹਾ ਕਰਕੇ ਨੌਕਰੀ ਚਲੀ ਗਈ ਹਾਂਜੀ 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 ਨਸ਼ੇ ਵਿੱਚ ਹੀ ਸਭ ਕੁਛ ਸਾਡਾ ਚਲਾ ਗਿਆ ਹੁਣ ਜਦੋਂ ਨਸ਼ਾ ਨਹੀਂ ਮਿਲਦਾ ਉਦੋਂ ਹਾਲਾਤ ਕੀ ਹੁੰਦੇ ਨੇ ਤੁਹਾਡੇ ਉਦੋਂ ਬਈ ਬਹੁਤ ਜ਼ਿਆਦਾ ਤੋੜ ਵੱਜਦੀ ਆ ਲੱਤਾਂ ਬਾਹਾਂ ਖੁੱਸਦੀਆਂ ਵਾ ਅੱਖਾਂ 'ਚ ਪਾਣੀ ਨਿਕਲਦਾ ਵਾ ਹੁਣ ਮੈਂ ਦਿਹਾੜੀ 'ਚ ਭਾਅ ਜੀ 3 ਤੋਂ 4 ਵਾਰੀ ਕਰਦਾ ਵਾਂ ਅਤੇ ਕਿਸੇ ਵੇਲੇ ਮੈਂ ਭਾਅ ਜੀ ਬਹੁਤ ਜ਼ਿਆਦਾ ਪੈਸਿਆਂ ਦੇ ਆ ਪੈਸੇ ਜਦੋਂ ਜ਼ਿਆਦਾ ਆ ਜਾਣ ਕਿਸੇ ਵੇਲੇ ਜਿੱਥੋਂ ਮਰਜ਼ੀ ਆ ਜਾਣ ਚਾਹੇ ਜੋ ਮਰਜ਼ੀ ਹੋ ਜੇ ਚੀਜ਼ਾਂ ਕਹਿਣੇ ਪਾ ਦਾਂ ਜੇ 5,000 ਦੇ ਪਾਉਂਦਾ 5,000 ਦਾ ਹੀ ਕਰ ਲੈਂਦਾ ਜਿੰਨੇ ਪੈਸੇ ਆ ਗਏ ਭਾਅ ਜੀ ਧਿਆਨ ਕਦੀ ਨਸ਼ਾ ਕਰਨ ਕਰਦੇ ਕਰਦੇ ਧਿਆਨ ਨਹੀਂ ਜਾਂਦਾ ਕਿ ਯਾਰ ਮੈਂ ਆਪਣੀ ਛੋਟੀ ਜਿਹੀ ਬੱਚੀ ਆ ਬਾਅਦ 'ਚੋਂ ਰਾਤ ਨੂੰ ਰੋਂਦਾ ਵਾਂ ਦਿਨੇ ਕਰ ਲੈਣਾ ਦਿਮਾਗ ਸੁੰਨ ਕਰ ਦਿੰਦਾ ਇਹ ਨਸ਼ਾ ਵੀ ਐਡਾ ਗੰਦਾ ਉਹ ਦਿਮਾਗ ਸੁੰਨ ਕਰ ਦਿੰਦਾ ਭਾਅ ਜੀ ਪਰਿਵਾਰ ਵਾ ਧਿਆਨ ਹੀ ਨਹੀਂ ਜਾਣ ਦਿੰਦਾ ਫਿਰ ਹਾਂ ਗੁੜੀਆਂ ਦਾ 1 ਮਿੰਟ ਲਈ ਮੈਂ ਸਾਹ ਨਹੀਂ ਖਾਂਦਾ ਗੁੜੀਆ ਵੀ ਮੇਰਾ ਸਾਹ ਨਹੀਂ ਖਾਂਦੀ 1 ਮਿੰਟ ਲਈ ਨਸ਼ੇ ਜੀ ਵੀ ਪਰ ਪਾਪਾ ਵਾ ਉਹਨੂੰ ਮੈਂ ਕਹਿੰਦਾ ਵੀ ਕਿਸੇ ਵੇਲੇ ਮੈਂ ਸੈਂਟਰ ਪਤਾ ਜਾਵਾਂ ਇਲਾਜ ਕਰਾਉਣ ਲਈ ਰੋਣ ਲੱਗ ਪੈਂਦੀ ਨਹੀਂ ਮੈਂ ਆਪਣੇ ਪਾਪਾ ਨੂੰ ਨਹੀਂ ਭੇਜਣਾ ਹਾਂਜੀ ਇੰਨਾ ਮੇਰੇ ਨਾਲ ਪਿਆਰ ਕਰਦੀ ਹੈ ਕੋਈ ਹਿਸਾਬ ਨਹੀਂ ਇਹਦੇ ਕਰਕੇ ਭਾਈ ਛੱਡਣਾ ਚਾਹੁੰਦਾ ਮੈਂ ਮਾਤਾ ਜੀ ਕਿਤੇ ਨਾ ਕਿਤੇ ਹੰਝੂ ਜਿਹੜੇ ਨੇ ਤੁਹਾਡੇ ਆਪਣੇ ਆਪ ਹੀ ਦੱਸਦੇ ਪਏ ਨੇ ਅੱਖਾਂ ਆਪਣੇ ਆਪ ਹੀ ਦੱਸਦੀਆਂ ਪਏ ਨੇ ਕਿ ਹਾਲਾਤ ਕੀ ਹੋਣਗੇ ਬਹੁਤ ਜ਼ਿਆਦਾ ਸਾਡੀ ਹਾਲਤ ਖਰਾਬ ਹੈ ਚਿੱਟੇ ਨਸ਼ੇ ਨੇ ਸਾਡਾ ਘਰ ਇਹ 10-10, 20-20 ਹਜ਼ਾਰ ਦਾ ਵੀ ਨਸ਼ਾ ਕਰਦਾ ਰਿਹਾ ਸਾਰੀ ਸਾਰੀ ਰਾਤ ਸਾਰਾ ਦਿਨ ਲੱਖਾਂ ਰੁਪਏ ਅਸੀਂ ਸੈਂਟਰਾਂ 'ਤੇ ਲਾ ਤੇ ਲੱਖਾਂ ਅਸੀਂ ਅੱਜ ਬਰਬਾਦ ਹੋ ਕੇ ਅਸੀਂ ਘਰ ਬਹਿ ਗਏ ਹੁਣ ਸਾਡੇ ਕੋਲ ਕੁਛ ਨਹੀਂ ਹੈਗਾ ਘਰ ਦੀ ਰੋਟੀ ਵੀ ਨਹੀਂ ਸਾਡੇ ਕੋਲ ਹੈਗੀ 4 ਲੱਖ ਦੀ ਮੈਂ ਕਰਜ਼ਾਈ ਹੋ ਚੁੱਕੀ ਰੋਡ 'ਤੇ ਮੈਂ ਹਾਂਜੀ ਮੈਂ ਰੋਡ 'ਤੇ ਕਰਜ਼ਾਈ ਭਾਵੇਂ ਇਨਕੁਆਇਰੀ ਕਰ ਸਕਦੇ ਆ ਤੁਸੀਂ ਮੇਰੀ ਬਹੁਤ ਬੁਰੀ ਹਾਲਤ ਹੈ ਪਹਿਲਾਂ ਕਰਜ਼ਾ ਦਿੰਦੇ ਸੀ ਮੈਂ ਤਾਂ ਲੁਕਦੀ ਹਾਂ ਹਾਂਜੀ 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 ਹੁਣ ਲੈਣ ਪੈਂਦੇ ਆ ਹੁਣ ਜਿੰਨਾ 1 ਕਰੋੜ ਰੁਪਏ ਗਵੀਚ ਗਏ ਇਹ ਜਦੋਂ ਮੈਨੂੰ ਇੰਨਾ ਤੰਗ ਕਰਦਾ ਮੈਨੂੰ ਭੀਖ ਮੰਗਾਤੀ ਇੰਨੀ ਇਹ ਚਿੱਟੇ ਨਸ਼ੇ ਨੇ ਮੈਨੂੰ ਭੀਖ ਮੰਗਾਤੀ ਮੇਰੀ ਇੰਨੀ ਹਾਲਤ ਖਰਾਬ ਹੋ ਗਈ ਹੈ ਮੈਂ ਪੰਜਾਬ ਸਰਕਾਰ ਨੂੰ ਇਹ ਕਹਿੰਦੀ ਹਾਂ ਸਾਡੇ ਘਰ ਦੀ ਰਕਸ਼ਾ ਕੀਤੀ ਜਾਵੇ ਸਾਡਾ ਇਹਦਾ ਇਲਾਜ ਕਰਾਇਆ ਜਾਵੇ ਸਾਡਾ ਪਰਿਵਾਰ ਦੇਖਿਆ ਜਾਵੇ ਸਾਡੀ ਬੜੀ ਬੁੜੀ ਹਾਲਤ ਬੜਾ ਰੋ ਚੁੱਕੀ ਹਾਂ ਅੱਜ ਮੇਰੇ ਕਿੰਨੇ ਸਾਲ ਹੀ ਹੋ ਗਏ ਆ ਸਾਰੇ ਪਾਸੇ ਜਾਂਦੀ ਨੂੰ MLA ਦਫ਼ਤਰਾਂ 'ਚ ਜਾ ਥਾਣੇ ਜਾ ਮੇਰੀ ਬੜੀ ਬੁਰੀ ਹਾਲਤ ਹੈ ਨਾ ਕੋਈ ਪੇਸ਼ ਨਹੀਂ ਚੱਲੀ ਸਾਲਾਂ ਤੋਂ ਨਸ਼ੇ ਦੀ ਗ੍ਰਿਫਤ 'ਚ ਕਿੰਨੇ ਸਾਲ 17 ਸਾਲ ਹੋ ਗਏ 17 ਸਾਲ ਹੋ ਗਏ ਨੌਕਰੀਆਂ ਮਿਲੀਆਂ ਨੌਕਰੀਆਂ ਚਲੀਆਂ ਗਈਆਂ ਵਿਆਹ ਵੀ ਹਾਂਜੀ 2012 'ਚ ਨੌਕਰੀ ਮਿਲੀ 2019 'ਚ ਚਲੀ ਗਈ ਚਿੱਟਾ ਲਿਖ ਦਿੱਤਾ ਉਹਨਾਂ ਨੇ ਚਿੱਟੇ ਨਸ਼ੇ ਦਾਦੀ ਹੈ ਬੜੀ ਮੈਂ ਵਾਲ ਆਈ ਜਦੋਂ ਨਸ਼ਾ ਕਰਨਾ ਸ਼ੁਰੂ ਕੀਤਾ ਸੀ ਵਿਆਹ ਨੂੰ ਕਿੰਨੀ ਦੇਰ ਹੋਈ ਵਿਆਹ ਨੂੰ 8 ਸਾਲ ਹੋ ਗਏ ਇਹਨੂੰ ਰੋਂਦੀ ਨੂੰ ਕੰਧਾਂ ਨਾਲ ਸਿਰ ਮਾਰਦੀ ਹੈ ਬੁਰੀ ਹਾਲਤ ਹੋ ਜਾਣੀ ਸੀ ਕਿ ਨਸ਼ਾ ਕਰਦਾ ਨਸ਼ਾ ਉਦੋਂ ਇਹ ਥੋੜ੍ਹਾ ਜਿਹਾ ਛੱਡਿਆ ਸੀਗਾ ਲਵ ਮੈਰਿਜ ਕੋਰਟ ਮੈਰਿਜ ਹੋ ਗਈ ਕਿ ਸੁਧਰ ਗਿਆ ਸੁਧਰ ਗਿਆ ਵੱਡੇ ਅਫਸਰ ਦਾ ਲੜਕਾ ਸੀਗਾ ਉਸੇ ਨੇ ਉਹ ਲੰਡਨ ਤੋਂ ਬਾਹਰੋਂ ਆਇਆ ਸੀ ਦੋਨਾਂ ਦੀ ਜੋਟੀ ਬਣ ਗਈ ਉੱਥੇ ਨੌਕਰੀ ਦੁਬਾਰਾ ਲਵਾ ਤਾ ਐਸੀ ਉਹ ਲੱਗਾ ਫਿਰ ਨਹੀਂ ਹੱਥ 'ਚ ਆਇਆ ਇਹ ਦਿਨ ਅਤੇ ਰਾਤ ਫਿਰ ਨਹੀਂ ਆਇਆ ਸਾਡੇ ਹੱਥ 'ਚ ਸਭ ਕੁਛ ਇੰਨਾ ਕੋਈ ਪੈਸਾ ਚਲਾ ਗਿਆ ਨਾ ਸਾਡੇ ਰੂਹ ਕੰਬਦੀ ਹੁਣ ਰੂਹ ਕੰਬਦੀ ਹੁਣ ਮੈਂ ਤਾਂ ਆਪਣਾ ਇਹੀ ਕਹਿੰਦੀ ਵੀ ਮੈਂ ਜ਼ਹਿਰ ਖਾ ਲਵਾਂ ਮੈਂ ਇਹਦੇ ਤੋਂ ਡਰਦੀ ਲੁਕਦੀ ਫਿਰਦੀ ਹੁਣ ਆਪਣੇ ਪੁੱਤ ਤੋਂ ਡਰਦੀ ਲੁਕਦੀ ਫਿਰਦੀ ਹਾਂ ਵੀ ਪੈਸੇ ਕਿੱਥੋਂ ਦੇਵਾਂ ਮੈਂ ਜ਼ਹਿਰ ਖਾ ਲਾਂ ਮੈਂ ਪਾਗਲ ਹੋਈ ਪਈ ਹਾਂ ਲੁਕਦੀ ਹੁਣ ਮੈਨੂੰ ਜ਼ਹਿਰ ਖਾ ਲਵਾਂ ਮੇਰੀ ਜੀ ਜ਼ਿੰਦਗੀ ਹੋ ਗਈ ਦੁਨੀਆਂ ਦੇ ਵਿੱਚ ਇੰਨੀ ਔਖੀ ਮੈਂ ਬਹੁਤ ਜ਼ਿਆਦਾ ਬੜੀ ਵੇਖਦੀ ਵੀ ਸੁਧਾਰ ਕਰ ਦੇਣ ਹਾਂਜੀ ਕਰ ਦਿਓ ਮੈਂ ਤਾਂ ਕਹਿੰਦੀ ਹਾਂ
ਪਰਮਾਤਮਾ ਜਿਹੜਾ ਵੀ ਮੇਰੇ ਘਰ ਦਾ ਸੁਧਾਰ ਕਰੇ, ਪਰਮਾਤਮਾ ਉਹਦੀ ਲੰਬੀ ਉਮਰ ਕਰੇ। ਮੈਂ ਪੰਜਾਬ ਸਰਕਾਰ ਨੂੰ ਮੇਰੀ ਹੀ ਮੰਗ ਹੈ, ਮੇਰੇ ਪੁੱਤ ਦੀ ਜ਼ਿੰਦਗੀ ਬਚਾ ਲੈਣ, ਜਵਾਨ ਪੁੱਤ ਹੈ ਅਤੇ ਨਹੀਂ ਤਾਂ ਜੇ ਨਹੀਂ ਬਚਾ ਸਕਦੀ, ਮੈਨੂੰ ਜਿੰਨਾ ਤੰਗ ਕਰਦਾ ਫਿਰ ਨਹੀਂ ਤਾਂ ਜ਼ਹਿਰ ਦਾ ਟੀਕਾ ਲਵਾ ਦੇਣ ਸਾਨੂੰ ਸਾਰਿਆਂ ਨੂੰ, ਅਸੀਂ ਸਾਰੇ ਖਤਮ ਹੋ ਜਾਈਏ। ਸਾਡੇ ਕੋਲ ਜ਼ਿੰਦਗੀ ਚੱਲੀ ਨਹੀਂ ਜਾਂਦੀ, ਹੁਣ ਨਹੀਂ ਚੱਲੀ ਜਾਂਦੀ ਸਾਡੇ ਕੋਲੋਂ, ਕਰਜ਼ਾ ਫਟ, ਜਿਹਦੇ ਕੋਲ ਮੰਗਣ ਚਾਹੀਦਾ ਪੈਸੇ ਇੰਨੀ ਅਗਲੇ ਬੇਇੱਜ਼ਤੀ ਕਰਾਂ ਨੇ। ਸਰਕਾਰਾਂ ਨੇ ਟੀਚਾ ਚੁੱਕਿਆ, ਸਰਕਾਰਾਂ ਨੇ ਕਿਹਾ ਕਿ ਪੰਜਾਬ 'ਚ ਨਸ਼ਾ ਖਤਮ ਕਰਾਂਗੇ, ਤੁਹਾਨੂੰ ਜ਼ਹਿਰ ਦਾ ਟੀਕਾ ਲਾਉਣ ਦੀ ਲੋੜ ਨਹੀਂ, ਸਰਕਾਰ ਜ਼ਰੂਰ ਹੱਲ ਕਰੇਗੀ। ਸਾਡਾ ਕੋਈ ਹੱਲ ਕਰਵਾ ਦਿਓ ਤੁਸੀਂ ਸਰਕਾਰ ਕੋਲੋਂ, ਸਾਡੇ ਪਰਿਵਾਰ ਦਾ, ਸਾਡਾ ਪਰਿਵਾਰ ਬਚ ਜਾਵੇ। ਸਾਥ ਦਿਓਗੇ, ਸਰਕਾਰ ਦਾ ਕੋਈ ਨੁਮਾਇੰਦਾ ਆਉਂਦਾ ਜਾਂ ਫਿਰ ਕੋਈ ਵੀ ਆਉਂਦਾ, ਸਾਥ ਦਿਓਗੇ ਨਸ਼ਾ ਛੱਡਣ? ਹਾਂਜੀ 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 ਹਾਂਜੀ, ਨਿੱਕੀ ਜੀ ਬੱਚੀ ਦਾ ਖਿਆਲ ਕਰਕੇ। ਹਾਂਜੀ ਜ਼ਰੂਰ ਭਾਅ ਜੀ। ਅੱਛਾ, ਤੁਹਾਨੂੰ ਨਹੀਂ ਸੀ ਪਹਿਲਾਂ ਨਹੀਂ ਸੀ ਪਤਾ ਕਿ ਨਸ਼ਾ ਕਰਦੇ ਨੇ, ਜਾਂ ਫਿਰ ਤੁਹਾਨੂੰ ਇਹ ਪਤਾ ਸੀ ਕਿ ਨਸ਼ਾ ਕਰਦੇ ਸੀ ਪਰ ਹੁਣ ਛੱਡ ਦਿੱਤਾ? ਇੰਨਾ ਪਤਾ ਸੀ ਪਹਿਲਾਂ ਕਰਦੇ ਸੀ, ਪਰ ਜਿਸ ਟਾਈਮ 'ਤੇ ਮੈਂ ਇਹਨਾਂ ਦੀ ਲਾਈਫ 'ਚ ਆਈ ਉਸ ਟਾਈਮ ਇਹਨਾਂ ਨੇ ਨਹੀਂ ਕਰਦੇ। ਫਿਰ ਦੁਬਾਰਾ ਫਿਰ ਕਦੋਂ ਸ਼ੁਰੂ ਹੋਏ? ਅਸੀਂ ਸਾਲ ਇੱਕ ਇਹਨਾਂ ਨੇ ਬਹੁਤ ਸੋਹਣੀ ਜੋਬ ਕੀਤੀ, ਜਦੋਂ ਮੇਰੀ ਕੋਰਟ ਮੈਰਿਜ ਹੋਈ ਹੈ ਸਾਲ ਜੋਬ ਕਰਦੇ ਰਹੇ, ਫਿਰ ਇਹਨਾਂ ਦੇ ਜੋਬ 'ਤੇ ਹੀ ਉਹ ਬੰਦਾ ਇਹਨਾਂ ਨੂੰ ਮਿਲ ਗਿਆ। ਉਹਨੇ ਇਹਨਾਂ ਨੂੰ ਪਹਿਲਾਂ ਖੁੱਲ੍ਹਾ ਪਿਆਇਆ, ਚਾਰ ਚਾਰ 4500 ਦਾ ਰੋਜ਼ ਪਿਆਉਣਾ ਪਿਆ ਪਿਆ ਕੇ, ਫਿਰ ਜਦੋਂ ਉਹਦੀ ਵੀ ਬੱਸ ਹੋ ਗਈ ਫਿਰ ਚਲਾ ਗਿਆ। ਫਿਰ ਮੈਨੂੰ ਵੀ ਇਹਨਾਂ ਨੇ ਦੱਸਿਆ ਚੋਰੀ ਪੀਂਦੇ ਰਹੇ ਮੇਰੇ ਤੋਂ, ਬਾਹਰ ਪੀ ਲੈਣਾ, ਘਰ ਨਹੀਂ ਸ਼ੋ ਕਰਨਾ ਕਿ ਮੈਂ ਜਾਂ ਕੁਛ ਕੀਤਾ ਜਾਂ। ਅਤੇ ਬਾਅਦ ਵਿੱਚ ਜਦੋਂ ਉਹਨੇ ਛੱਡਤਾ ਇਹਨਾਂ ਨੂੰ, ਫਿਰ ਇਹ ਘਰ ਵਿੱਚ ਕਲੇਸ਼ ਕਰਨ ਲੱਗ ਪਏ, ਚੀਜ਼ਾਂ ਚੱਕਣ ਲੱਗ ਪਏ, ਜੋ ਵੀ ਅਸੀਂ ਆਪਣੀ ਲਾਈਫ 'ਚ ਸਟਾਰਟ ਹੀ ਕੀਤਾ, ਕਿਉਂਕਿ ਸਾਡੀ ਕੋਰਟ ਮੈਰਿਜ ਹੀ, ਅਸੀਂ ਅਲੱਗ ਰਹਿੰਦੇ ਸੀ, ਅਸੀਂ ਸਾਰੀਆਂ ਫਾਈਨੈਂਸ 'ਤੇ ਚੀਜ਼ਾਂ ਬਣਾਈਆਂ ਥੋੜ੍ਹੀ ਥੋੜ੍ਹੀਆਂ, ਫਰੀਜ਼ਰ ਹੋ ਗਿਆ, ਬਾਈਕ ਹੋ ਗਈ। ਉਹ ਫਿਰ ਜਦੋਂ ਇਹਨਾਂ ਦਾ ਨਸ਼ਾ ਵੱਧ ਗਿਆ, ਫਿਰ ਹੌਲੀ ਹੌਲੀ ਸਾਰਾ ਕੁਛ ਵਿਕਣਾ ਸ਼ੁਰੂ ਹੋ ਗਿਆ, ਫਰਿੱਜ ਵੀ ਚਲਾ ਗਿਆ, ਸਾਰਾ ਘਰ ਦਾ ਸਾਰਾ ਸਮਾਨ ਸੇਲ ਕਰਤਾ। ਝਗੜਾ ਝੁਗੜਾ ਹੁੰਦਾ ਘਰ ਦੇ ਵਿੱਚ ਜਦੋਂ ਨਸ਼ਾ ਨਹੀਂ ਮਿਲਦਾ, ਨਸ਼ੇ ਦੀ ਤੋੜ ਮਿਲਦੀ ਆ, ਪੈਸੇ ਨਹੀਂ ਹੁੰਦੇ, ਤੁਹਾਡੇ ਕੋਲ ਮੰਗ ਕੀਤੀ ਕਦੀ ਪੈਸੇ? ਮੇਰੇ ਕੋਲ ਮੰਗ, ਜਿਸ ਤਰ੍ਹਾਂ ਕਹਿ ਦਿੰਦਾ ਇੱਥੋਂ ਲਾਗੇ ਬੰਨੇ ਕਿਸੇ ਕੋਲ ਫੜ ਲਿਆ, ਜਾਂ ਮੰਮੀ ਨੂੰ ਕਹਿ ਦੇ, ਜਾਂ ਇਹਨਾਂ ਨੂੰ ਹੁੰਦਾ ਕਿ ਚੀਜ਼ ਕੋਈ ਮੈਂ ਗਹਿਣੇ ਪਾ ਕੇ ਜਾਂ। ਕੀ ਹਾਲਾਤ ਹੁੰਦੇ ਨੇ ਜਦੋਂ ਤੋੜ ਵੱਜਦੀ ਹੈ, ਕਿਉਂਕਿ ਉਹਨਾਂ 'ਤੇ ਹੋਸ਼ ਨਹੀਂ ਹੁੰਦੀ ਹੋਣੀ ਜਦੋਂ ਤੋੜ ਵੱਜਦੀ ਹੈ, ਤੁਸੀਂ ਦੱਸੋ ਕੀ ਹਾਲਾਤ ਹੁੰਦੇ ਨੇ? ਤੋੜ 'ਚ ਇਹ ਹੁੰਦਾ ਹੈ ਕਿ ਉਹਨਾਂ ਨੂੰ ਇਹ ਨਹੀਂ ਦੇਖਣਾ ਕਿ ਬੱਚਾ ਹੈ ਜਾਂ ਜਨਾਨੀ ਹੈ, ਉਹਨਾਂ ਨੂੰ ਸਿਰਫ ਇਹ ਹੋਣਾ ਹੈ ਇਹਨਾਂ ਕੋਲ ਪੈਸਾ ਹੈ ਜਾਂ ਨਹੀਂ ਹੈ, ਮੈਨੂੰ ਨਸ਼ਾ ਚਾਹੀਦਾ, ਮੈਨੂੰ ਨਸ਼ਾ ਚਾਹੀਦਾ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਭਾਵੇਂ ਤੁਸੀਂ ਇਹਦੇ ਮਗਰ ਜੋ ਮਰਜ਼ੀ ਕਰ ਲਓ, ਉਹ ਕਹੇਗਾ ਪਹਿਲਾਂ ਮੈਨੂੰ ਪੈਸੇ ਦਿਓ, ਨਸ਼ਾ ਕਰਨਾ, ਫਿਰ ਜਨਾਨੀ ਬੱਚਾ ਨਹੀਂ। ਉਹ ਵੀ ਜ਼ਿੰਦਗੀ ਨਰਕ ਹੋ ਗਈ ਆ। ਹਾਂਜੀ, ਤੁਸੀਂ ਵੀ ਜਦੋਂ ਕੁੜੀ ਵਿਆਹ ਕੇ ਆਉਂਦੀ ਹੈ ਤਾਂ ਉਹ ਸੋਚਦੀ ਹੈ ਕਿ ਮੈਂ ਹੁਣ ਅੱਗੇ ਜਾਵਾਂਗੀ ਅਤੇ ਰਾਣੀ ਬਣਾਂਗੀ, ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ, ਜ਼ਿੰਮੇਵਾਰੀ ਉਹ ਵੀ ਨਹੀਂ ਹੈ, ਉਹਨਾਂ ਦੀ ਵੀ ਨਹੀਂ, ਉਹਨਾਂ ਨੂੰ ਵੀ ਵਕਤ ਨੇ ਮਾਰਤਾ, ਪਰ ਤੁਸੀਂ ਸੋਚਿਆ ਸੀ ਵੀ ਇਸ ਤਰ੍ਹਾਂ ਹੋਏਗਾ? ਕਦੀ ਨਹੀਂ ਸੋਚਿਆ ਕਿ ਲਾਈਫ ਇੱਥੇ, ਕਿਉਂਕਿ ਮੇਰੇ ਮੰਮੀ ਪਾਪਾ ਨੇ ਮੈਨੂੰ ਬਹੁਤ ਲਾਡਾ ਨਾਲ ਪਿਆਲਿਆ, ਮੇਰੇ ਮੂੰਹ 'ਤੇ ਚੀਜ਼ ਜ਼ਬਾਨ 'ਤੇ ਗੱਲ ਹੁੰਦੀ ਸੀ ਉਸ ਵੇਲੇ ਪੂਰੀ ਕਰ ਦਿੰਦੇ ਸੀ, ਤਾਂ ਇੱਥੇ ਆ ਕੇ ਮੈਂ ਉਸ ਚੀਜ਼ ਨੂੰ ਬਹੁਤ ਤਰਸੀ ਹਾਂ ਕਿ ਮੈਂ ਕਿ ਆਉਂਦੇ ਨੇ ਇੱਥੇ ਮਿਲਦੇ ਨੇ, ਨਹੀਂ ਉਹਨਾਂ ਦਾ ਬੋਲ ਚ ਵਕਤ ਪੁਰਾਣਾ ਯਾਦ ਆਉਂਦਾ, ਕੁਆਰੇ ਹੁੰਦੇ ਆ। ਤੁਸੀਂ ਬਿਲਕੁਲ ਪਰਵਾਹ ਨਹੀਂ ਕਰਨੀ, ਬਿਲਕੁਲ ਟੈਨਸ਼ਨ ਨਾ ਲਓ, ਪਰਮਾਤਮਾ ਬੈਠਾ, ਸਰਕਾਰਾਂ ਨੇ ਟੀਚੇ ਚੁੱਕੇ ਨੇ ਕਿ ਨਸ਼ਾ ਖਤਮ ਕਰਾਂਗੇ, ਵੀਰ 'ਚ ਹਿੰਮਤ ਹੈਗੀ ਆ ਨਸ਼ਾ ਛੱਡਣ ਦੀ, ਤੁਸੀਂ ਰਲ ਕੇ ਸਾਥ ਦੇਵੋ, ਇਹ ਨਸ਼ਾ ਛੱਡੇਗਾ। ਠੀਕ ਹੈ, ਸਾਥ ਦਿੰਦੇ, 8 ਸਾਲ ਹੋ ਗਏ ਮੈਂ ਇੱਥੇ, ਜਿੱਦਾਂ ਵੀ ਕੰਡੀਸ਼ਨ ਹੋਈ ਹੈ ਨਾ, ਭਾਵੇਂ ਅਸੀਂ ਰੋਟੀ ਨਹੀਂ ਹੁੰਦੀ, ਇਹਦੇ ਨਾਲ ਹੀ ਬੈਠੀ ਹਾਂ,
ਵੀ ਨਹੀਂ ਅੱਜ ਨਸ਼ਾ ਛੱਡ ਜੇ, ਅੱਜ ਨਸ਼ਾ ਛੱਡ ਜੇ, ਅੱਜ ਨਸ਼ਾ ਛੱਡ ਜੇ, ਬਸ ਇਹ ਨਸ਼ਾ ਹੀ ਛੱਡ ਜੇ ਨਾ। ਮੈਂ ਕਹਿੰਦੀ ਕੋਈ ਕੰਮ ਨਾ ਕਰੇ, ਮੇਰੇ ਨਾਲ ਇੱਥੇ ਬੈਠਾ ਰਹੇ, ਨਸ਼ਾ ਹੀ ਛੱਡ ਜੇ। ਮੈਂ ਕਹੂੰ ਮੈਂ ਗੰਗਾ ਨਾ, ਇਹ ਸਾਡੀ ਸੱਸ ਮੇਰੀ ਸੱਸ ਮੰਮੀ ਹੈ ਨਾ, ਉਹਨੇ ਬਹੁਤ ਸਪੋਰਟ ਕੀਤਾ, ਰੋਟੀ ਪਾਣੀ ਤੋਂ ਕਿਸੇ ਕਿਸੇ ਚੀਜ਼ ਤੋਂ ਇਹਨਾਂ ਨੂੰ ਨਹੀਂ ਆ ਦਿੱਤੀ। ਭਾਵੇਂ ਅੱਜ ਨਸ਼ਾ ਕਰਦਾ ਵਾ ਨਾ, ਵੱਖ ਬੈਠੇ ਆ ਸਾਡੇ ਨਾਲੋਂ, ਸਾਡਾ ਉਹਨਾਂ ਨੇ ਸਾਰਾ ਸਪੋਰਟ ਕੀਤਾ, ਰਾਸ਼ਨ ਪਾਣੀ ਜਿੱਥੋਂ ਵੀ ਉਹਨਾਂ ਨੇ ਕਿਸੇ ਕੋਲ ਮੰਗ ਕੇ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਲਿਆਉਣਾ ਵਾ, ਸਾਨੂੰ ਇੱਥੇ ਨਾਲ ਪਾ ਦੇਣਾ ਕਿ ਹਾਂ ਇਹ ਨਾ ਭੁੱਖੇ ਰਹਿਣ, ਛੋਟਾ ਬੱਚਾ ਹੈ ਇਹਨਾਂ ਦੇ ਨਾਲ, ਇਹਨਾਂ ਨੂੰ ਨਾ ਕਿ ਇੱਕ ਚੀਜ਼ ਦੀ ਕਮੀ ਆ ਜੇ, ਵੀ ਮੇਰਾ ਪੁੱਤ ਨਸ਼ਾ ਛੱਡ ਜੇ, ਨਸ਼ਾ ਛੱਡ ਜੇ। ਬਿਲਕੁਲ ਹੈ, ਜਿਹੜੇ ਹੰਝੂ ਤੁਸੀਂ ਦੇਖ ਰਹੇ ਜੇ, ਮਾਂ ਦੇ ਹੰਝੂ ਦੇਖ ਰਹੇ ਜੇ, ਇਸ ਧੀ ਦੇ ਹੰਝੂ ਦੇਖ ਰਹੇ ਅਤੇ ਇਸ ਵੀਰ ਦੇ ਹੰਝੂ ਚਾਹੇ ਨਹੀਂ ਨਿਕਲਦੇ ਪਏ, ਪਰ ਅੰਦਰੋਂ ਰੋਂਦਾ ਹੀ ਪਿਆ ਕਿ ਪਤਾ ਨਹੀਂ ਇਹ ਨਸ਼ੇ ਦੀ ਤੋੜ ਜਿਹੜੀ ਹੈ ਉਹ ਮੇਰੀ ਕਦੋਂ ਹਟੇਗੀ, ਕਦੋਂ ਜਿਹੜੀ ਨਸ਼ੇ ਦੀ ਮੈਨੂੰ ਲੱਤ ਲੱਗ ਗਈ ਹੈ ਉਹ ਕਦੋਂ ਖਤਮ ਹੋਏਗੀ। ਅਸੀਂ ਵੀ ਤੁਹਾਡੇ ਨਾਲ ਹੈ, ਪਰਿਵਾਰ ਵੀ ਤੁਹਾਡੇ ਨਾਲ ਹੈ, ਜਨਤਾ ਵੀ ਤੁਹਾਡੇ ਨਾਲ ਹੈ, ਸਰਕਾਰ ਵੀ ਤੁਹਾਡੇ ਨਾਲ ਹੈ। ਤਿਆਰ ਜੀ ਨਸ਼ਾ? ਹਾਂਜੀ ਭਾਜੀ, ਹਾਂਜੀ 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 ਹਾਂਜੀ। ਬਿਲਕੁਲ, ਇਹ ਵੀਰ ਨਸ਼ਾ ਛੱਡਣ ਨੂੰ ਤਿਆਰ ਹੈ, ਪਰਿਵਾਰ ਨਸ਼ਾ ਛਡਾਉਣ ਨੂੰ ਤਿਆਰ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੀ ਹੁਣ ਅਗਾਂਹ ਵਧੇ, ਸਰਕਾਰ ਵੀ ਇਹਨਾਂ ਦਾ ਨਸ਼ਾ ਛਡਾਵੇ, ਕਿਉਂਕਿ ਇਸ ਪਰਿਵਾਰ ਨੂੰ ਨਹੀਂ, ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਨਸ਼ੇ ਨੇ ਖਤਮ ਕਰ ਦਿੱਤਾ, ਨਸ਼ੇ ਨੇ ਘਰ ਦੇ ਭਾਂਡੇ ਤੱਕ ਵਗਾ ਦਿੱਤੇ। ਅੱਜ ਇਸ ਪਰਿਵਾਰ ਦੇ ਵੀ ਇਹੋ ਹੀ ਹਾਲਾਤ ਨੇ। ਕੁੜੀ ਵਿਆਹ ਕੇ ਜਦੋਂ ਆਉਂਦੀ ਹੈ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਵਿਆਹ ਕੇ ਜਦੋਂ ਆਉਂਦੀ ਹੈ ਤਾਂ ਉਹਨੂੰ ਲੱਗਦਾ ਕਿ ਮੈਂ ਹੁਣ ਸਹੁਰਿਆਂ ਘਰ ਜਾ ਕੇ ਰਾਣੀ ਬਣ ਕੇ ਰਵਾਂਗੀ। ਕੁੜੀ ਵੀ ਰੋ ਰਹੀ ਹੈ, ਮਾਂ ਵੀ ਰੋ ਰਹੀ ਹੈ, ਤਾਂ ਇਹ ਨੌਜਵਾਨ ਵੀ ਰੋ ਰਿਹਾ। ਦੇਖਦੇ ਹਾਂ ਕਿ ਹੁਣ ਸਰਕਾਰਾਂ ਆਪਣਾ ਹੱਥ ਅੱਗੇ ਕਿਸ ਤਰ੍ਹਾਂ ਵੱਧਦੀਆਂ ਨੇ ਇਸ ਨੌਜਵਾਨ ਨੂੰ ਖਾਸ ਕਰਕੇ, ਕਿਉਂਕਿ ਜਦੋਂ ਕਿਸੇ ਦੀ ਰਿਪੋਰਟ ਦਿਖਾਈ ਜਾਂਦੀ ਹੈ ਤਾਂ ਫਿਰ ਉਮੀਦ ਹੁੰਦੀ ਹੈ ਕਿ ਸਰਕਾਰਾਂ ਉਹਦੀ ਮਦਦ ਕਰਨ ਅਤੇ ਇਸ ਨੌਜਵਾਨ ਨੂੰ ਕਿਤੇ ਨਾ ਕਿਤੇ ਡੀਐਕਸ਼ਨ ਸੈਂਟਰ ਦੇ ਵਿੱਚ ਛੱਡਿਆ ਜਾਵੇ, ਕਿਉਂਕਿ ਇਹ ਨਸ਼ਾ ਛੱਡ ਸਕੇ। ਉਸ ਤੋਂ ਬਾਅਦ ਪਰਿਵਾਰ ਨੂੰ ਖੁਸ਼ਹਾਲ ਕਰਨਾ ਸਰਕਾਰਾਂ ਦਾ ਕੰਮ ਹੈ। ਕੈਮਰਾਮੈਨ ਮਨੋਜ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।